ਯੂਸਫ ਯੂਹਾਨਾ ਨਹੀਂ ਜਿਹੜੀ ਅਨਿਲ ਕੁੰਬਲੇ ਦੀ ਬਕਵਾਸ ਸੁਣ ਕੇ ਸਹਿਲਾ ਬਸ ਸ਼ੁਏਬ ਅਖਤਰ ਵਾਂਗੂ ਬੱਲਾ ਮਾਰਦੇ ਨੇ ਓਏ ਬੜਦੇ ਕਾਰ ਵਿੱਚ ਬੜਦੇ ਯਾਰਾਂ ਨੂੰ ਤੜੀ ਓਏ ਪਟਾ ਤੂੰ ਮਰ ਕਿਉਂ ਨਹੀਂ ਗਿਆ ਓਏ ਮੇਰੇ ਸੇ ਸ਼ੇਵਿੰਗ ਕਰੀਮ ਲਿਆਇਆ ਕਿ ਨਹੀਂ ਲਿਆਇਆ ਜਾ ਰਿਹਾ ਵਾ ਤੂੰ ਭਾਵੇਂ ਸਾਡਾ ਕਹੋ ਮਸਤ ਮੇਰੇ ਨਾਲ ਹੀ ਹੈ ਇੱਥੇ ਕੀ ਕਰ ਰਹੇ ਹੈ ਮੈਂ ਨਾਰੇ ਪਾ ਕੇ ਸਾਡੇ ਚੜ ਰਿਹਾ ਆਓ ਟੋਨੀ ਕਾਰ ਤੇ ਮੈਨੂੰ ਇਹੋ ਹੀ ਲੱਗਦਾ ਹੈ ਅਸਲਾਮ ਵਾਲੇਕਮ ਜੀ ਮਲਜ਼ਮ ਏ ਉਮਰ ਬੜਦਾ ਕਰੇ ਜੀ ਹਾਂ ਕੀ ਹੈ ਕੁੱਕੀ ਹੈ ਜੀ ਅੱਛਾ ਤੇ ਤੂੰ ਉਹ ਹੈ ਜਿਹਨੂੰ ਕੁੱਕੀ ਨੇ ਬੁਲਾਇਆ ਨਹੀਂ ਜੀ ਮੈਂ ਆਪ ਆਇਆ ਠਹਿਰ ਠਹਿਰ ਕੁੱਕੀ ਹਾਂ ਬੋਲ ਆ ਗਿਆ ਇਧਰ ਆ ਬੋਲ ਜੀ ਆ ਗਿਆ ਤੂੰ ਕੁੱਕੀ ਇਹ ਤੂੰ ਦਾ ਕੀ ਮਤਲਬ ਹੈ ਤੈਨੂੰ ਗੱਲ ਕਰਨ ਦੀ ਤਮੀਜ਼ ਨਹੀਂ ਕੀ ਮਤਲਬ ਓਏ ਬਾਬੇ ਓਏ ਤੂੰ ਤਾਂ ਮੈਨੂੰ ਬਾਬਾ ਨਾ ਤੇਰੇ ਤੇ ਆਪਣੇ ਸੱਲ ਮੁੱਕਣ ਵਾਲੇ ਨੇ ਅੱਛਾ ਬੁੱਧੀਆਂ ਗੱਲਾਂ ਨਾ ਕਰ ਐਦਾ ਸੇ ਨਹੀਂ ਲੇਟ ਕਿਉਂ ਆਇਆ ਲੇਟ ਪਰ ਮੈਂ ਤੇ ਪੁੱਤਰ ਠੀਕ ਟਾਈਮ ਤੇ ਆਇਆ ਉਹਨਾਂ ਨੇ ਤੇ ਮੈਨੂੰ ਕਿਹਾ ਸੀ ਤੂੰ 3:30 ਵਜੇ ਆਏਗਾ ਹੁਣ ਤੇ 4 ਵਜਦੇ ਪਏ ਨੇ ਲੇਕਿਨ ਪੁੱਤਰ ਕੁੱਕੀ ਇਹਨਾਂ ਲੋਕਾਂ ਨੂੰ ਕੀ ਪਤਾ ਕਿ ਵਕਤ ਕੀ ਸ਼ੈਅ ਹੈ ਜੇ ਇਸ ਗੱਲ ਦਾ ਅਹਿਸਾਸ ਹੋਵੇ ਤੇ ਸਾਡੇ ਵੰਗਰ ਅੱਗੇ ਨਾ ਨਿਕਲ ਜਾਂਦੇ ਵੱਡੇ ਭਾਈ ਤੁਹਾਡਾ ਕੀ ਖਿਆਲ ਹੈ ਮੈਨੂੰ ਵਕਤ ਦੀ ਕਦਰ ਨਹੀਂ ਨੋ ਅੱਛਾ ਜੀ ਮਾਫ਼ ਕਰ ਦਿਓ ਵੱਡੇ ਹੋਣ ਦੇ ਨਾਤੇ ਤੁਸੀਂ ਜੋ ਕਹਿੰਦੇ ਹੋ ਮੰਨ ਲੈਂਦੇ ਹਾਂ ਅੱਛਾ ਇਹ ਦੱਸ ਸਾਡੇ ਬਾਰੇ 'ਚ ਉਹਨਾਂ ਨੇ ਤੈਨੂੰ ਸਾਰੀ ਮਾਲੂਮਾਤ ਦੇ ਦਿੱਤੀ ਹੈ ਨਾ ਜੀ ਜੀ ਜੇ ਤੁਸੀਂ ਇੱਥੇ ਦੇ ਇੰਚਾਰਜ ਹੋ ਤਾਂ ਫਿਰ ਤੁਹਾਨੂੰ ਹੀ ਮਿਲਣਾ ਓਹੋ ਮੇਰਾ ਮਤਲਬ ਹੈ ਕਿ ਅਸੀਂ ਇੱਥੇ 5 ਤੋਂ 6 ਜੀ ਹਾਂ ਤੇ ਇੱਕ ਮਹਿਮਾਨ ਵੀ ਹੈ ਅੱਛਾ ਮਹਿਮਾਨ ਬਾਰੇ ਮੈਨੂੰ ਕੋਈ ਇਲਮ ਨਹੀਂ ਤੇ ਫਿਰ ਇੱਥੇ ਆਂਡੇ ਵੇਚਣਾ ਹੈ ਉਹ ਵੱਡੇ ਭਾਈ ਜਾਨ ਮੈਂ ਤੇ ਇੱਥੇ ਤੁਹਾਡੇ ਨਾਲ ਜਾਣ ਪਹਿਚਾਣ ਵਧਾਉਣ ਆਇਆ ਤੇ ਫਿਰ ਜਾਣ ਲੈ ਇਹ ਹੀ ਸਾਡੇ ਯਾਰ ਬੱਟ ਦਾ ਘਰ ਇਹਦੇ ਵਿੱਚ ਐਮੀ ਕੁੱਕੀ ਸ਼ੈਕੀ ਤੇ ਐਬੀ ਜਿਹੜਾ ਅੱਜ ਕੱਲ੍ਹ ਇੰਗਲੈਂਡ ਹੈ ਉਹ ਰਹਿੰਦਾ ਤੇ ਇੱਕ ਮੈਂ ਹੂੰ ਜੀ ਜੀ ਛੋਟੇ ਛੋਟੇ ਬੱਚਿਆਂ ਲਈ ਵੱਡੇ ਬਜ਼ੁਰਗ ਦਾ ਹੋਣਾ ਜ਼ਰੂਰੀ ਹੈ ਜਿਹੜਾ ਆਪਣੇ ਤਲਖ ਤਜਰਬਿਆਂ ਨਾਲ ਇਹਨਾਂ ਨੂੰ ਸਿੱਧੀ ਰਾਹ ਵਿਖਾਵੇ ਓਏ ਤੂੰ ਮੁੜਨਾ ਹੈ ਕਿ ਨਹੀਂ ਜੇ ਇਸ ਵੇਲੇ ਤਾਂ ਆਇਆ ਵੱਡੇ ਭਾਈ ਜਾਨ ਵੱਡੇ ਭਾਈ ਜਾਨ ਓਏ ਤੂੰ ਮੈਨੂੰ ਜਾਣਦਾ ਨਹੀਂ ਇੱਕ ਤੇ ਲੇਟ ਆਇਆ ਉੱਤੋਂ ਜ਼ਬਾਨ ਦਰਾਜ਼ੀ ਕਰੀ ਜਾ ਰਿਹਾ ਚੱਲ 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 ਅੰਦਰ ਚੱਲ 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 ਤੇਰੀ ਸ਼ਕਲ ਵੇਖ ਕੇ ਲੱਗਦਾ ਹੈ ਕਿ ਤੂੰ ਵੀ ਮੇਰੀ ਤਰ੍ਹਾਂ ਐਕਸਪਰਟ ਹੈ ਜੀ ਅੰਕਲ ਮੈਂ ਸਭ ਕੁਝ ਕਰ ਸਕਦਾ ਵਾਂ ਅੱਛਾ ਇਹ ਦੱਸ ਜੇ ਤੈਨੂੰ ਖੋਸੇ ਬਣਾਉਣ ਦਾ ਟਾਸਕ ਦਿੱਤਾ ਜਾਏ ਤਾਂ ਕਿਸ ਤਰ੍ਹਾਂ ਬਣਾਏਗਾ ਲੱਗਦਾ ਕਿਸੇ ਦਵਾਈ ਜਾਂ ਮਿਕਸਚਰ ਦੇ ਬਾਰੇ 'ਚ ਪੁੱਛਦੇ ਮੈਨੇ ਜਿਹਦੇ ਨਾਲ ਸੁੰਡੀਆਂ ਮਰਦੀਆਂ ਨੇ ਜੀ ਅੰਕਲ ਬਹੁਤ ਸਿੰਪਲ ਹੈ ਗੁੱਡ ਇੰਨੀ ਮੁਸ਼ਕਿਲ ਸ਼ੈ ਤਾਂ ਸਿੰਪਲ ਮਿਹਰਬਾਨੀ ਅੰਕਲ ਲੇਕਿਨ ਕਿਸ ਤਰ੍ਹਾਂ ਅੰਕਲ ਇਹ ਤਾਂ ਮੌਕਾ ਮਹਿਲ 'ਤੇ ਡਿਪੈਂਡ ਕਰਦਾ ਗੁੱਡ ਇੱਕ ਐਕਸਪਰਟ ਦਾ ਪਹਿਲਾ ਅਸੂਲ ਇਹ ਵੇ ਕਿ ਉਹ ਮੌਕਾ ਮਹਿਲ ਵੇਖ ਕੇ ਹਰ ਕੰਮ ਕਰਦਾ ਹੈ ਜੀ ਅੰਕਲ ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਕਿ ਉਹਨਾਂ ਦੀ ਤਾਦਾਦ ਕੀ ਹੈ ਅਤੇ ਦੂਸਰੀ ਗੱਲ ਇਹ ਕਿ ਉਹਨਾਂ ਦੇ ਹਮਲਾ ਕਰਨ ਦਾ ਮਜ਼ਾਜ ਕੀ ਹੈ ਵਾਹ 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 ਬਈ ਤੂੰ ਤਾਂ ਖਾਣ ਨੂੰ ਵੀ ਹਮਲਾ ਕਹਿੰਦਾ ਇੱਕ ਸਿਪਾਹੀ ਵਾਂਗੂ ਪਲੈਨਿੰਗ ਕਰਨਾ ਜੀ ਅੰਕਲ ਜੇ ਦੁਸ਼ਮਣ ਹਲਕਾ ਹੋਏ ਤਾਂ ਸੋਡੀਅਮ ਕਾਰਬੋਨੇਟ ਘੱਟ ਪਾਓ ਅਤੇ ਜੇ ਤਗੜਾ ਹੋਏ ਤਾਂ ਬਹੁਤਾ ਪਾਓ ਇਹ ਮੈਂ ਕੀ ਕਹਿ ਰਿਹਾ ਬਈ ਬਾਜਵਾਨਾ ਤੈਨੂੰ ਤਾਂ ਕੈਮੀਕਲ ਨਾਮ ਹੀ ਯਾਦ ਨੇ ਤੁਸੀਂ ਤਾਂ ਟੇਸਟ ਵਾਲੇ ਲੋਕ ਹੋ ਅਤੇ ਉਹਦੀ ਚੋਇਸ ਵੀ ਠੀਕ ਨਿਕਲੀ ਲੱਗਦਾ ਅੰਕਲ ਪੱਟ ਦੀ ਗੱਲ ਕਰ ਰਹੇ ਨੇ ਜੀ ਜੀ ਸ਼ੁਕਰੀਆ ਲੈ ਬਈ ਇਸ ਗੱਲ 'ਤੇ ਚਾਹ ਹੋ ਜਾਵੇ ਜ਼ਰੂਰ ਜੀ ਅੰਕਲ ਵੱਡੇ ਭਾਈ ਜਾਨ ਉਹ ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ ਸ਼ੈਕੀ
ਇਸ ਕੰਮ ਦੇ ਨਾ ਹੋਣ ਦੀਆਂ ਵੀ ਦੋ ਵਜੂਹਾਤਾਂ ਨੇ ਕਿਹੜੀ ਤੇ ਇਹ ਕਿ ਇਸ ਉਮਰੇ ਨਿਆਣੇ ਨਹੀਂ ਹੁੰਦੇ ਦੂਜਾ ਜੇ ਨਿਆਣੇ ਹੋ ਵੀ ਜਾਣ ਤੇ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਤੋਂ ਦੀਵਾਨੇ ਜ਼ਰੂਰ ਹੁੰਦੇ ਨੇ ਉਹ ਵੱਡੇ ਭਾਈ ਜਾਨ ਮੈਂ ਆਪਣੇ ਜ਼ਾਤੀ 350 ਰੁਪਏ ਲਾ ਕੇ ਉਹ ਤੁਹਾਨੂੰ ਫੁਲਾਦੀ ਕੁਸ਼ਤਾ ਉਹ ਜ਼ਬਰਦਸਤ ਕੁਸ਼ਤਾ ਬਣਾ ਕੇ ਦੇਵਾਂਗਾ ਓਏ ਸ਼ੱਕੀ ਓਏ ਸ਼ੱਕੀ ਓਏ ਸ਼ੱਕੀ ਤੂੰ ਕਿਸ ਦੋ ਟਕੇ ਦੇ ਬੰਦੇ ਦੀ ਗੱਲਾਂ ਚਾ ਰਿਹਾ ਯਾਨੀ ਕਿ ਸੱਟਾ ਓਏ ਚੱਲ ਮੈਂ ਤੇ ਮਜ਼ਾਕ ਕਰ ਰਿਹਾ ਸੀ ਤੂੰ ਕਿਉਂ ਬਦਤਮੀਜ਼ੀ ਕਰ ਰਿਹਾ ਸੀ ਓ ਯਾਰ ਇੱਕ ਸਵਾਲ ਦਾ ਜਵਾਬ ਦੇ ਦੇ ਉਹ ਕੀ ਇਹ ਵੱਡੇ ਭਾਈਰਾਂ ਦੀ ਉਮਰ ਕਿੰਨੀ ਕੁ ਹੋਏਗੀ ਵੈਸੇ ਕੁ ਪੌਣੇ 300 ਸਾਲ ਉਹ ਇਸੇ ਵਾਸਤੇ ਮੈਂ ਵੱਡੇ ਭਾਈਰਾਂ ਦੀ ਇੱਜ਼ਤ ਕਰ ਰਿਹਾ ਤੇ ਇਹ ਮੈਨੂੰ ਲੱਤੀਆਂ ਮਾਰ ਰਿਹਾ ਉਹ ਤੂੰ ਹਾਲੀ ਵੀ ਹਾਲੀ ਵੀ ਬਾਤ ਨਹੀਂ ਆਉਂਦਾ ਮਾਫ ਕਰਦਾ ਯਾਰ ਤੇਰੇ ਉਹ ਬੱਚਿਆਂ ਵਾਂਗ ਹੋਏ ਭਾਈਜਾਨ ਉਹ ਮੇਰੀ ਗੱਲ ਮੰਨ ਲਓ ਫਾਇਦੇ 'ਚ ਰਹੋਗੇ ਓਏ ਉਹ ਗਰੀਬਾ ਸਾਡੇ ਵਰਗੇ ਰਹੀ ਜ਼ਾਦਿਆਂ ਨੂੰ ਉਹ ਚੌਧਰੀ ਬੰਦਾ ਵਾਂ ਉਹ ਤੁਹਾਡੇ ਕੋਲ ਘੱਟ ਨਹੀਂ ਓਏ ਆਸਟ੍ਰੇਲੀਆ ਤੇ ਬੰਗਲਾਦੇਸ਼ ਤੱਕ ਜੋੜ ਨਹੀਂ ਟਗੇਟੇ ਦੀਆਂ ਗੱਲਾਂ ਕਰਦਾ ਸਾਨੂੰ ਇੱਕ ਤੇ ਜੋੜ ਕੋਈ ਨਹੀਂ ਤੇ ਦੂਜਾ ਜੇ ਜੋੜ ਹੋਵੇ ਤੇ ਤੋੜ ਕੋਈ ਨਹੀਂ ਉਹ ਤੂੰ ਇਹਦੇ ਗੱਲਾਂ ਕਿਉਂ ਕਰਨਾ ਹੈ ਉਹ ਕਿੰਜ ਦੀਆਂ ਗੱਲਾਂ ਓਏ ਹਰ ਗੱਲ ਦੇ ਦੋ ਜਵਾਬ ਜੇ ਵੀ ਸੱਪ ਹੈ ਤੇ ਇਹਦੀ ਜ਼ਬਾਨ ਦੀਆਂ ਦੋ ਸ਼ਾਖਾਂ ਨੇ ਓਏ ਐਕਚੁਅਲੀ ਮੈਂ ਜ਼ਰਾ ਇੰਟੈਲੈਕਚੁਅਲ ਆਦਮੀ ਹਾਂ ਓ ਭਾਣ ਤੁਸੀਂ ਪਾਗਲ ਹੋ ਬਿਲਕੁਲ ਬੁੱਢਾ ਬਿਲਕੁਲ ਬਾਲ ਟੈਂਪਰਿੰਗ ਸ਼ੁਰੂ ਉਹ ਕਿਸ ਤਰ੍ਹਾਂ ਤੇਰੇ ਕਿੰਨੇ ਨਾਮ ਹੈ ਮੇਰੇ ਸ਼ੇਕੀ ਅਤੇ ਅਸਲ ਨਾਂ ਸ਼ਕੂਰ ਤੇਰੀ ਐਜੂਕੇਸ਼ਨ ਕਿੰਨੀ ਬੀ ਅਤੇ ਏ ਅੱਛਾ ਦੱਸ ਕਿ ਤੇਰੀ ਗਰਲਫ੍ਰੈਂਡ ਕਿੰਨੀ ਹੈ ਦੋ ਪਿੰਕੀ ਅਤੇ ਹਿਨਾ ਇਹ ਦੱਸ ਤੇਰੇ ਪਿਓ ਕਿੰਨੇ ਨੇ ਦੋ ਮੇਰਾ ਮਤਲਬ ਹੈ ਆਸਫ ਤੇ ਅਲੀ ਯਾਨੀ ਕਿ ਇੱਕ ਆਸਫ ਅਲੀ ਉਹ ਪੁੱਟਿਆ ਤੂੰ ਕਿ ਸਾਨੂੰ ਲੜਾ ਕੇ ਆਪ ਹੱਸਣ ਲੱਗਾ ਹੈ ਮਜ਼ਾ ਆ ਗਿਆ ਭਾਈ ਕੀ ਲੋਗ ਹੋ ਤੁਸੀਂ ਥੈਂਕ ਯੂ ਅੰਕਲ ਬਈ ਇਹ ਤੁਸੀਂ ਵਾਰੀ ਵਾਰੀ ਕਿੱਥੇ ਚਲੇ ਜਾਂਦੇ ਹੋ ਅੰਕਲ ਤੁਸੀਂ ਖਾਣੇ ਦੇ ਬਾਰੇ ਬੜਾ ਮੁਹਤਾਤ ਹੋ ਨਾ ਅਤੇ ਅਸੀਂ ਚੈੱਕ ਕਰਨ ਜਾਂਦੇ ਹਾਂ ਕਿ ਖਾਣਾ ਤੁਹਾਡੇ ਮਿਆਰ ਦੇ ਮੁਤਾਬਿਕ ਹੈ ਜਾਂ ਨਹੀਂ ਬਟ ਦੀ ਗੱਲ ਕਰ ਅੰਕਲ ਮੈਂ ਹੁਣੇ ਆਉਂਦੀ ਹਾਂ ਇਹਨਾਂ ਜ਼ਾਲਮਾਂ ਨੇ ਮੈਨੂੰ ਬਹੁਤ ਮਾਰਿਆ ਆਏ ਆਏ ਚੌਧਰੀ ਪੁੱਤਰ ਕਿੱਡੀ ਚੰਗੀ ਕੁੜੀ ਹੈ ਤੂੰ ਥੈਂਕ ਯੂ ਪਰ ਇਹ ਸਭ ਕੁਝ ਕੀ ਹੋ ਰਿਹਾ ਕੁਝ ਨਹੀਂ ਬਸ ਇੱਕ ਮਹਿਮਾਨ ਆਇਆ ਹੈ ਇਸ ਵਾਸਤੇ ਫਸ ਪਿਓ ਹੈ ਮਾਸ਼ਾ ਅੱਲਾ ਮੈਨੂੰ ਤੂੰ ਅਕਲਮੰਦ ਕੁੜੀ ਲੱਗਣੀ ਇਨਸ਼ਾਅੱਲਾ ਨਜ਼ਰ ਨਾ ਲੱਗੇ ਅੱਛਾ ਇਸ ਦੌਰ ਵਿੱਚ ਮੈਨੂੰ ਸ਼ਰਮ ਹਯਾਦਾ ਪੈਕਰ ਲੱਗ ਰਹੀ ਕਿੱਡੀ ਚੰਗੀ ਹੈ ਤੂੰ ਵੱਡਿਆਂ ਸਾਹਮਣੇ ਸਿਰ ਲੁਕੋ ਕੇ ਆਈ ਹੈ ਅਤੇ ਉਹਨਾਂ ਦੀ ਗੱਲ ਸੁਣ ਰਹੀ ਹੈ ਇਹ ਸਭ ਤਾਂ ਅਸੀਂ ਆਪਣੇ ਮਹਿਮਾਨ ਨੂੰ ਇੰਪ੍ਰੈਸ ਕਰਨ ਲਈ ਕੀਤਾ ਹੈ ਵਰਨਾ ਐਮੀ ਅਤੇ ਇਹ ਸਭ ਨੋ ਵੇ ਇਹ ਮਹਿਮਾਨ ਕੌਣ ਹੈ ਉਹ ਹੈਗਾ ਸਾਡਾ ਦੋਸਤ ਬੱਟ ਉਹ ਮਾਸੂਮ ਜਿਹਾ
ਤੇ ਪੋਲਾ ਜਿਹਾ ਪੋਲਾ ਮਸੂਮ ਤੇ ਉਹ ਕਿਉਂ ਨਹੀਂ ਮੈਨੂੰ ਵੇਖ ਕੇ ਤੇ ਉਹਦੇ ਮੂੰਹ ਚੋਂ ਚੱਗ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਅੱਛਾ ਬੜਾ ਹੀ ਥੋੜੇ ਹੋਇਆ ਬਹਾਨੇ ਬਹਾਨੇ ਨਾਲ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪਤਾ ਨਹੀਂ ਕੀ ਮਸਲਾ ਹੈ ਉਹ ਬਹੁਤ ਖਰਾਬ ਹੈ ਸਿਰਫ ਖਰਾਬ ਦੁਨੀਆਂ ਦਾ ਕਿਹੜਾ ਪੈੜਾ ਕੰਮ ਹੈ ਜਿਹੜਾ ਉਹਨੇ ਛੱਡਿਆ ਹੈ ਤੇ ਤੂੰ ਉਹਦੀ ਵਜ੍ਹਾ ਤੋਂ ਪਰੇਸ਼ਾਨ ਹੈ ਹਾਂ ਤੂੰ ਫਿਕਰ ਨਾ ਕਰ ਇਹ ਬੱਟ ਹੁਣ ਆ ਗਿਆ ਹੈ ਤੇਰੇ ਵਰਗੀਆਂ ਸ਼ਰਮਾ ਵਾਲੀਆਂ ਧੀਆਂ ਦੀ ਲਾਜ ਰੱਖਣ ਵਾਸਤੇ ਇਹ ਬੱਟ ਆਪਣਾ ਪੁੱਤਰ ਕੁਰਬਾਨ ਕਰ ਦੇਗਾ ਓਏ ਕਿੱਥੇ ਚਲੀ ਗਈ ਹੈ ਮੈਂ ਤਾਂ ਸਮਝਿਆ ਸੀ ਇਹ ਮੇਰਾ ਮਸੀਹਾ ਬਣ ਕੇ ਆਈ ਹੈ ਓਏ ਚੰਗੀ ਕੁੜੀ ਸੀ ਓਏ ਕੀ ਕਰ ਰਹੀ ਤੂੰ ਅੰਨੇ ਨਜ਼ਰ ਨਹੀਂ ਆਉਂਦਾ ਸਿਗਰਟ ਪੀ ਰਹੀ ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਵੱਡਿਆਂ ਸਾਹਮਣੇ ਸਿਗਰਟ ਪੀ ਰਹੀ ਹੈ ਜਾ ਦੋ ਟਕੇ ਰਿਹਾ ਅੰਕਲ ਜੀ ਦੀ ਸਮਝ ਆਉਂਦੀ ਹੈ ਕਿ ਸਾਹਮਣੇ ਸਿਗਰਟ ਨਹੀਂ ਪੀਣੀ ਤੈਨੂੰ ਤਾਂ ਠਹਿਰ ਜਾਣਾ ਮੈਂ ਦੱਸਾਂ ਆ ਬਸ਼ਰਮੇ ਆ ਆਇਆ ਮਜ਼ਾ ਦਫਾ ਹੋ ਜਾ ਸ਼ਰਮ ਕਰ ਸ਼ਰਮ ਕਰ ਸ਼ਰਮ ਕਰ ਤੈਨੂੰ ਮੈਂ ਮਾਫ ਨਹੀਂ ਕਰਾਂਗਾ ਹੁਣ ਮਜ਼ਾ ਆਇਆ ਸ਼ਰਮੇ ਤੈਨੂੰ ਮੈਂ ਬਿਲਕੁਲ ਮਾਫ ਨਹੀਂ ਕਰਾਂਗਾ ਤੈਨੂੰ ਮਾਫ ਨਹੀਂ ਕਰਾਂਗਾ ਵੇਖੋ ਬੱਚੋ ਨਾ ਮਾਰੋ ਬਜ਼ੁਰਗ ਆਦਮੀ ਹੈਗੇ ਨਾ ਕਰੋ ਐਮੀ ਤੂੰ ਇਹਨਾਂ ਨੂੰ ਸਿਗਰਟ ਹੀ ਲਾ ਦਿੱਤੀ ਵੈਰੀ ਬੈਡ ਵੈਰੀ ਬੈਡ ਅੰਕਲ ਅਸੀਂ ਸਾਰੇ ਸਿਗਰਟ ਵਰਗੀ ਲਾਉਣਾ ਤੂੰ ਹੱਥ ਵੀ ਨਹੀਂ ਲਾਉਂਦੇ ਤੇ ਦੂਜਾ ਅਸੀਂ ਇਸ ਬੁਰਾਈ ਨੂੰ ਮਾਸ਼ਰੇ ਚੋਂ ਕੱਢਣਾ ਚਾਹੁੰਦੇ ਬਸ ਅੰਕਲ ਮੈਂ ਇਹਨੂੰ ਸਿਗਰਟ ਪੀਣ ਤੋਂ ਮਨਾ ਕੀਤਾ ਤੇ ਇਹ ਨਾ ਮੰਨਿਆ ਤੇ ਤੂੰ ਇਹਨੂੰ ਸਿਗਰਟ ਹੀ ਲਾ ਦਿੱਤਾ ਜੀ ਅੰਕਲ ਤਾਂ ਕਿ ਇਸ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਜਿਹੜੀ ਸ਼ੇ ਬਾਹਰੋਂ ਇੰਨਾ ਸਾੜਦੀ ਹੈ ਉਹ ਅੰਦਰੋਂ ਕਿੰਨਾ ਸਾੜਦੀ ਹੋਏਗੀ ਮਾਸ਼ਾਅੱਲਾ ਅੱਜ ਦੇ ਦੌਰ ਵਿੱਚ ਤੇਰੇ ਵਰਗੀਆਂ ਕੁੜੀਆਂ ਮਾਂ ਬਾਪ ਦਾ ਸਭ ਤੋਂ ਵੱਡਾ ਸਰਮਾਇਆ ਥੈਂਕ ਯੂ ਅੰਕਲ ਇਹਦੀ ਦੋ ਵਜੂਹਾਤ ਨੇ ਅੰਕਲ ਇੱਕ ਤਾਂ ਹੈ ਕਿ ਅਸੀਂ ਆਪਣੇ ਮਾਂ ਪਿਓ ਨਾਲ ਝੂਠ ਨਹੀਂ ਬੋਲਦੇ ਅਤੇ ਦੂਜਾ ਸਾਡੀ ਤਰਬੀਅਤ ਹੀ ਕੁਛ ਐਸੀ ਹੈ ਵਾਹ ਵਾਹ ਤੇ ਅੰਕਲ ਮੰਮੀ ਕਹਿੰਦੇ ਨੇ ਕਿ ਮੰਮੀ ਅੰਕਲ ਮੇਰਾ ਮਤਲਬ ਵਾਲਦਾ ਮੈਂ ਤਾਂ ਸਮਝਿਆ ਤੂੰ ਮਿਸਰੀ ਮੰਮੀ ਦੀ ਗੱਲ ਕਰ ਰਿਹਾ ਕਿਉਂਕਿ ਤੂੰ ਉਸੇ ਦੌਰ ਦਾ ਲੱਗਣਾ ਹੈ ਨਹੀਂ ਅੰਕਲ ਇਹ ਤੇ ਹਾਬੀਲ ਕਾਬੀਲ ਦੇ ਵਕਤ ਦਾ ਘੁੰਨਾ ਹੈ ਉਂਜ ਲੁਕਿਆ ਸੀ ਇੱਧਰ ਵੇਖ ਅੰਕਲ ਇੱਧਰ ਵੇਖੋ ਇਹ ਕੀ ਸ਼ੈਮੋਨ ਬਣ ਗਿਆ ਇਹਦੀ ਦੋ ਵਜੂਹਾਤ ਨੇ ਜਾਂ ਤੇ ਆ ਪਾਗਲ ਹੋ ਗਿਆ ਤੇ ਜਾਂ ਕੁਝ ਕਹਿਣਾ ਚਾਹੁੰਦਾ ਹੈ ਆਹੋ ਆਹੋ ਕੁਕੀ ਖੋਲੋ ਜਨਾਬ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਵੱਡੇ ਭਾਈ ਹੀ ਰੱਖਿਆ ਠੀਕ ਹੈ ਦੇਰ ਆਇਆ ਦਰੁਸਤ ਤੁਸੀਂ ਮੈਨੂੰ ਦਿਲੋਂ ਮਾਫ਼ ਕਰਤਾ ਨਾ ਮਾਫ਼ ਕੀਤਾ ਤੁਸੀਂ ਮੈਨੂੰ ਸੱਚਮੁੱਚ ਮਾਫ਼ ਕਰਤਾ ਦੇਖੋ ਇੱਕ ਜਾਹਲ ਤੇ ਗਵਾਰ ਬੰਦੇ ਨੂੰ ਵੀ ਪਤਾ ਲੱਗ ਗਿਆ ਕਿ ਯੂਥ ਚ ਕਿੰਨੀ ਤਾਕਤ ਤੁਹਾਡੀ ਇਸ ਗੁਫ਼ਤਗੂ ਤੋਂ ਬਾਅਦ ਤੇ ਕੁੱਕੀ ਦੀ ਇਤਲਾਹ ਤੋਂ ਬਾਅਦ ਤੁਸੀਂ ਮੈਨੂੰ ਗੁਮਨਾਮ ਪਰਦਾਦਾ ਲੱਗਦੇ ਹੋ ਨਹੀਂ ਵੇਖਣਾ ਇਹੀ ਬਦਤਮੀਜ਼ੀਆਂ ਤੋਂ ਤੂੰ ਕੁੱਟ ਖਾਣਾ ਜ਼ਾਦੇ ਜ਼ਾਦਾ ਬਵਰਜੀ ਤੇ ਮਾਲਕਾਂ ਨਾਲ ਜੱਫੇ ਉਹ ਕੁੱਤੇ ਮੈਂ ਬਵਰਜੀ ਨਹੀਂ ਵਿਕੀ 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 ਅੰਕਲ
ਕੋਲ ਚੱਲ ਕੁਕੀ ਕੀ ਹਾਲਾਤ ਨੇ ਉਧਰ ਬਟ ਮੇਰੀ ਜਾਨ ਫਿਕਰ ਨਾ ਕਰ ਸਭ ਕੈਂਡੇ ਵਿੱਚ ਕੋਈ ਪ੍ਰੋਬਲਮ ਤੇ ਨਹੀਂ ਨਾ ਕੁਝ ਖਾਸ ਤੇ ਨਹੀਂ ਥੋੜੀ ਜਿਹੀ ਬਦਮਜ਼ਗੀ ਹੋ ਗਈ ਸੀ ਬਟ ਓਵਰਆਲ ਕੰਟਰੋਲ ਹੈ ਅੱਛਾ ਅੱਬਾ ਜੀ ਕਿੱਥੇ ਨੇ ਜਨਾਬ ਅੰਕਲ ਚਾਏ ਪੀ ਰਹੇ ਨੇ ਤੇ ਨਾਲ ਨਾਲ ਟੀਵੀ ਵੀ ਵੇਖ ਰਹੇ ਨੇ ਇੱਕ ਟਾਈਮ 'ਚ ਦੋ ਕੰਮ ਅੱਛਾ ਕਦੋਂ ਤੀਕਰ ਸੌਣਗੇ ਬਸ ਥੋੜ੍ਹੀ ਦੇਰ ਤੱਕ ਮੈਚ ਡਰਾ ਹੋ ਜਾਏਗਾ ਮੇਰਾ ਮਤਲਬ ਹੈ ਅੰਕਲ ਸੋ ਜਾਣਗੇ ਓਕੇ ਮੈਂ ਉੱਥੇ ਥੋੜ੍ਹੀ ਦੇਰ ਤੀਕਰ ਪਹੁੰਚ ਜਾਵਾਂਗਾ ਬਾਏ ਓਕੇ ਬਾਏ ਕਿਉਂ ਜੀ ਵੱਡੇ ਭਾਈਆਂ ਨੇ ਕੁੜਤਾ ਸ਼ਲਵਾਰ ਕਿਉਂ ਲਾ ਦਿੱਤਾ ਜੇ ਬਿਲਕੁਲ ਜੀ ਜੇ ਤੁਹਾਨੂੰ ਫਰਕ ਪੈਂਦਾ ਹੁੰਦਾ ਤੇ ਇੱਥੇ ਤੁਸੀਂ ਨਾ ਹੁੰਦੇ ਤੁਹਾਡੇ ਪੋਤੇ ਸਾਡੇ ਨਾਲ ਬੈਠੇ ਹੁੰਦੇ ਨਵਾਂ ਬਵਰਚੀ ਏ ਉਹ ਜਿਹੜਾ ਕੁੱਕੀ ਨੇ ਬੁਲਾਇਆ ਸੀ ਤੇ ਸਾਨੂੰ ਤੜੀਆਂ ਲਾ ਰਿਹਾ ਸੀ ਓਏ ਬੜਦੇ ਘਰ ਵਿੱਚ ਬੜਦੇ ਯਾਰਾਂ ਨੂੰ ਤੜੀ ਓਏ ਬਟਾ ਤੂੰ ਮਰ ਕਿਉਂ ਨਹੀਂ ਗਿਆ ਓਏ ਕੋਈ ਗੱਲ ਨਹੀਂ ਬਟ ਓ ਨਹੀਂ ਐਮੀ ਨਹੀਂ ਉਹ ਬਟਤੇ ਉਹ ਬੁਲਾਏ ਜਿਹੜਾ ਪੂਰਾ ਟੱਬਰ ਖਾ ਜਾਵੇ ਤੇ ਟਿਕਾਰ ਵੀ ਨਹੀਂ ਮਾਰੇ ਓਏ ਮੈਂ ਤੈਨੂੰ ਨਹੀਂ ਛੱਡਾਂਗਾ ਓਏ ਤੂੰ ਬੜਦੇ ਯਾਰਾਂ ਛੱਡ ਮੈਨੂੰ
ਤੇ ਕੋਈ ਭਰੋਸਾ ਵੀ ਨਹੀਂ। ਉਹ ਮੇਰੇ ਹੱਥ ਖੋਲ ਕੇ ਗਾਇਬ ਕਰ ਦਿਓ ਸ਼ੱਕੀ। ਮਾਰੋ ਮੈਨੂੰ, ਮਾਰੋ 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 ਮੈਨੂੰ, ਮਾਰੋ ਮੈਨੂੰ, ਮਾਰੋ ਮੈਨੂੰ, ਮਾਰੋ ਮੈਨੂੰ, ਮਾਰ 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 ਹੋਰ ਚੱਕ ਮਾਰ, ਹੋਰ ਚੱਕ ਮਾਰ, ਉਹ ਤੂੰ ਮੈਨੂੰ ਵੱਡਾ ਪਾਈ ਕੱਟ, ਵੱਡੇ ਮੂੰਹ ਵਾਲਾ ਮੋਟਾ ਲੱਗਾ, ਮਾਰ ਮਾਰ ਮਾਰੋ ਮਾਰੋ ਕੁਵਿਸ ਕਰ, ਲਾ 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 ਜ਼ਾਲਮੇ, ਲਾ ਲਾ ਦੀ ਗੋਲੀ, ਲਾ 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 ਸਕਰ, ਲਾ ਨਿਕਲ, ਲਾ ਨਿਕਲ, ਲਾ ਵਿੱਕੀ ਵਿੱਕੀ ਗੋਲੀ, ਪਾਗਲ ਹੋ ਗਿਆ, ਪਾਗਲ ਹੋ ਗਿਆ, ਮਾਰੋ ਗੋਲੀ ਵੀ ਪਾਗਲ ਹੈ, ਮਾਰੋ ਉਹ ਮਾਰੋ। ਮਾਰੋ 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 ਮ